ਲਓ ਜੀ ਆਪਾਂ ਪਹੁੰਚ ਗਏ ਹਾਂ ਡਿਲੀਵਰੀ ਵਾਲੀ ਜਗ੍ਹਾ ਅਤੇ ਫੈਕਟਰੀ ਵਿੱਚ ਪਹੁੰਚ ਗਿਆ ਮੈਂ। ਇੱਥੇ ਵੀ ਕੰਮ ਖਰਾਬ ਹੀ ਹੈ ਨਾ, ਸਲਿਪਰੀ ਬਣੀ ਹੋਈ ਹੈ ਜ਼ਿਆਦਾ ਅਤੇ ਮੈਂ ਹੁਣ ਟਰੱਕ ਬੈਕ ਲਾਉਣ ਲੱਗਿਆ ਡੋਰ 'ਤੇ। ਆਹ ਵੇਖੋ ਇੱਥੇ ਵੀ ਬਹੁਤ ਜ਼ਿਆਦਾ ਪਈ ਹੋਈ ਹੈ। हाँ जी आप हम चले हैं घर, मैं ट्रक लॉक कर देना घरों, फिर आप रोटी पानी चक के दोबारा फिर आवेंगे जी। ट्रक कर खड़ी अपनी गड्डी ते रोटी चक के आप फिर वापस आ जाना है, फिर मैं लोड पिकअप कर जाना है। ਲੋਡ ਪਿਕਅਪ ਕਰਨ ਆ ਗਿਆ ਅਤੇ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ 'ਚ ਦੱਸਿਆ ਸੀਗਾ ਕਿ ਮੈਂ ਹੁਣ ਘਰ ਚੱਲਿਆ ਅਤੇ ਬਾਅਦ ਵਿੱਚ ਮੈਂ ਲੋਡ ਪਿਕਅਪ ਕਰਨਾ ਆ, ਅਤੇ ਹੁਣ ਮੈਂ ਲੋਡ ਪਿਕਅਪ ਕਰਨ ਆ ਗਿਆ ਸੀਗਾ। ਫੈਕਟਰੀ ਦੇ ਵਿੱਚ ਡੋਰ 'ਤੇ ਲੱਗਿਆ ਹੋਇਆ ਟਰੱਕ ਆਪਣਾ, ਆ ਵੇਖ ਲਓ ਜੀ। ਅਤੇ ਹੁਣ ਮੈਂ ਵਿਹਲਾ ਬੈਠਾ ਸੀਗਾ, ਮੈਂ ਚਲੋ ਕੋਈ ਕੰਮ ਕਰ ਲੈਂਦੇ ਹਾਂ। ਅੰਦਰ ਤਾਂ ਮੈਂ ਡੈਸ਼ਬੋਰਡ ਸਾਰਾ ਸਾਫ਼ ਕਰਤਾ ਆ, ਕੋਲਸ ਰਹਿ ਗਈ ਮਾਰਨ ਵਾਲੀ ਉਹ ਵੀ ਮਾਰੂੰਗਾ ਮੈਂ, ਅਤੇ ਹੁਣ ਬਾਹਰ ਦੀ ਸਾਈਡ ਮੈਂ ਹੋਟਲ ਦੇ ਹੋਟਲ ਦੀ ਗ੍ਰਿਲ ਜਿਹੜੀ ਹੁੰਦੀ ਆ ਉਹਦੇ 'ਤੇ ਮੈਂ ਪੋਲਿਸ ਲੈ ਕੇ ਆਏ ਕੱਲ੍ਹ, ਮੈਂ ਡੀ ਏ ਤੋਂ ਲਈ ਸੀਗੀ, ਨਾਲੇ ਉੱਥੇ ਮੈਂ ਟਰੱਕ ਓਇਲ ਚੇਂਜ ਕਰਵਾਇਆ ਸੀਗਾ ਅਤੇ ਟਰੱਕ ਕੱਲ੍ਹ ਧਵਾਇਆ ਵੀ ਸੀਗਾ ਮੈਂ। ਅਤੇ ਅੱਜ ਮੇਰਾ ਮੈਂ ਚਲੋ ਵਿਹਲੇ ਆ, ਕੋਈ ਕਰ ਲੈਂਦੇ ਹਾਂ ਅਤੇ ਮੈਂ ਤੁਹਾਨੂੰ ਦਿਖਾਉਂਦਾ ਬਾਹਰ, ਬਾਹਰ ਮੈਂ ਪੋਲਿਸ ਮਾਰਨ ਲੱਗਿਆ ਅਤੇ ਤੁਹਾਨੂੰ ਬਾਹਰ ਵਿੱਚ ਦਿਖਾਊਂਗਾ ਵੀ ਕਿੱਦਾਂ ਲੱਗੀ ਪੋਲਿਸ, ਕਿੱਦਾਂ ਦੀ ਟਾਈਨਿੰਗ ਆਈ ਆ ਉੱਥੇ, ਅਤੇ ਤੁਸੀਂ ਮੈਨੂੰ ਦੱਸਿਓ ਜੀ ਕਮੈਂਟ ਕਰਕੇ ਜ਼ਰੂਰ। ਅੱਜ ਤੁਹਾਨੂੰ ਆਪਾਂ ਬਾਹਰ ਦਾ ਦਿਖਾਉਂਦੇ ਹਾਂ। आप आए हैं जी हुण फैक्टरी दे विच लोड पिकअप करना, तो आ ग्रिल मैं तुहानू दिखा रहा जिहड़ी कल मैं ट्रक वाश कराया सीगा, तो आप अज लगे हैं इहदे पोलिस मारन, तो पोलिस तो बाद फिर आप दिखावांगे कैप, आदि कैप भी तुहानू दिखा रहा मैं, इन्हां ते भी मारनी है पोलिस आप, चमक तो पहले रहे हैं पर आप होर चमका देनी है जी इन्हां नूं, ठीक है जी। मैं लोड पिकअप करना है ट्रक अपना लग्या हुआ डोर ते, तो पहला मैं तुहानू दिखाया है मैं चला गया घर, घर फिर आप रोटी चक के हाँ जी हुण वेखो जी अपनी ग्रिल किन्ना चमक रही आ, ते विच देख लो मेरी फोटो भी दिस रही है। हाँ जी पॉलिस बहुत वधिया जी, आ किन्नी वधिया चमकाई आ, बहुत वधिया सोहनी पॉलिस आ, ते आपां नाल इस तों बाद फिर मैं कैपां ते भी मारनी आ पॉलिस, उन्होंने भी वधिया साइनिंग आ जानी आ। आह पॉलिस आ जी जिहड़ी मैं मारी हैगी, आह वेखो जी किन्ना वधिया सारा ट्रक साइडां ते, मैं ताकियां ते भी मारी आ पॉलिस, मैं आह ते कैपां ते भी, आह वेखो बहुत सोहने चमक गया, आ वेखो जी।
ਕੋਈ 76 ਤੇ ਸਨੋ ਪੈ ਰਹੀ ਹੈ ਜੀ। ਮੈਂ ਮੈਟਰ ਤੋਂ ਲਿਆ ਜੀ ਤੇ ਆਹ ਵੇਖੋ ਆਹ 35 ਦੀ ਸਪੀਡ ਤੇ ਮੈਂ ਥੱਲੇ ਉਤਰ ਰਿਹਾ। ਬਹੁਤ ਜ਼ਿਆਦਾ ਹਿੱਲ ਏਰੀਆ ਇਹ ਤੇ ਇੱਥੇ ਤਕਰੀਬਨ ਅਸੀਂ ਰੋਜ਼ ਵਾਂਗ ਹੀ ਆਉਂਦੇ ਹਾਂ, ਹਰ ਰੋਜ਼ ਆਈਦਾ ਜੀ। ਸੋਮਵਾਰ ਨੂੰ ਵਾਪਸ ਉਹਨਾਂ ਕੋਲ ਡਿਲੀਵਰ ਕਰਨ ਲੋੜ ਅਤੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਜੀ ਉੱਥੇ ਚੱਲ ਕੇ। ਅਤੇ ਮੈਂ ਲੋੜ ਇਹ ਵਾਪਸ ਲਿਆ ਆ, ਹੁਣ ਆਪਾਂ ਚੱਲੇ ਹਾਂ ਜਾਟ ਦੇ ਵਿੱਚ ਅਤੇ ਜਾਟ ਤੋਂ ਫਿਰ ਆਪਾਂ ਚੱਲਾਂਗੇ ਘਰ। ਫਿਰ ਤੁਹਾਨੂੰ ਅਗਲੀ ਵੀਡੀਓ 'ਚ ਆਪਾਂ ਮਿਲਾਂਗੇ ਜੀ। ਵੀਡੀਓ ਨੂੰ ਇੰਜੋਏ ਕਰੋ ਜੀ। ਓਕੇ ਬਾਏ, ਸਤਿ ਸ਼੍ਰੀ ਅਕਾਲ। ਪਹੁੰਚ ਗਏ ਜਾੜ ਦੇ ਵਿੱਚ।